ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ ਕੋਈ ਗਾਵੇ ਰਾਗੀ ਨਾਦੀ 베ਦੀ ਬੋ ਪਾਂਥ ਕਰ ਨਹੀਂ ਹਰ ਹਰ ਭੀਜੇ ਰਾਮ ਰਾਜੇ ਕਿਉਂ ਅੱਗੇ ਦੇਖੋ ਬਾਣੀ ਨੇ ਕਿੰਨਾ ਵਧੀਆ ਕਿਹਾ ਹੈ ਜਿਨ੍ਹਾਂ ਅੰਤਰ ਕਪਟ ਬੇਕਾਰ ਹੈ ਤਿਨਾ ਰੋਏ ਕਿਆ ਕੀਜੇ ਤੇ ਅੱਗੇ ਬਾਣੀ ਕਹਿੰਦੀ ਹਰ ਕਰਤਾ ਸਭ ਕੁਝ ਜਾਣਦਾ ਸਿਰ ਰੋਗ ਹੱਥ ਦੀਜੇ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਲਈਜੇ ਦੇਖੋ ਬੰਦੇ ਦੇ ਅੰਦਰ ਐਬ ਤਾਂ ਭਾਵੇਂ ਨੇਕਾ ਹੋਣ ਸਾਰੇ ਐਬ ਜਿਹੜੇ ਆ ਨਾ ਉਹ ਟੱਕੇ ਜਾ ਸਕਦੇ ਆ ਪਰ ਇਹਨਾਂ ਐਬਾਂ ਦੇ ਵਿੱਚੋਂ ਜੇਕਰ ਕੋਈ ਕਿਸੇ ਦਾ ਸ਼ਰੂਮ ਨਹੀਂ ਆਇਆ ਬਾ ਨਾ ਉਹ ਹੈ ਸ਼ਲ ਕਪਟ ਅਸਧ ਦੇ ਵਿੱਚ ਜਿਹੜਾ ਛਲਕਪਟ ਹੁੰਦਾ ਹਨ ਦਿਖਾਈ ਨਹੀਂ ਦਿੰਦਾ ਲੇਕਿਨ ਇਹ ਜਿਹੜਾ ਛਲਕਪਟ ਆ ਇਹ ਬੜਾ ਭਿਆਨਕ ਰੋਗ ਆ ਹਰੇਕ ਇਨਸਾਨ ਦੇ ਅੰਦਰ ਜਿਨ੍ਹਾਂ ਦੇ ਅੰਦਰ ਛਲਕਪਟ ਦੀ ਜਿਹੜੀ ਉਹ ਯੋਜਨਾ ਹਨਾ ਉਹ ਅੰਦਰ ਪਰਬਲ ਹੁੰਦੀ ਆ ਆਪਾਂ ਅਗਰ ਥੋੜਾ ਜਿਆਦਾ ਇਤਿਹਾਸ ਨੂੰ ਦੇਖਦੇ ਆ ਕਿ ਪ੍ਰਾਤਨ ਤੋਂ ਲੈ ਕੇ ਹੁਣ ਤੱਕ ਜਿਨ੍ਹਾਂ ਨੇ ਛਲਕਪਟ ਦੇ ਸਹਾਰੇ ਆਪਣੀ ਜ਼ਿੰਦਗੀ ਨੂੰ ਚਲਾਉਣ ਦਾ ਯਤਨ ਕੀਤਾ ਲੇਕਿਨ ਇਸ ਛਲ ਕਪੜ ਦੇ ਆਸਰੇ ਜਿਹੜੇ ਨੇ ਅਖੀਰ ਵਿੱਚ ਪ੍ਰਮਾਣ ਜਿਹੜੇ ਦੇਖੇ ਗਏ ਬੜੇ ਘਾਤਕ ਸਿੱਧ ਹੋਏ ਆ ਤੇ ਇਥੋਂ ਤੱਕ ਵੀ ਉਹਨਾਂ ਦੀ ਹੈ ਨਾ ਕੁੱਲਾਂ ਵੀ ਗਲ ਗਈਆਂ ਹੈ ਇਸੇ ਕਰਕੇ ਸਾਨੂੰ ਬਾਣੀ ਨੇ ਆਖਿਆ ਹੈ ਕਿ ਚਾਹੇ ਕਿੰਨਾ ਵੀ ਕੋਈ ਯਤਨ ਕਰੇ ਬੜੇ ਪ੍ਰੇਮ ਦੇ ਨਾਲ ਕੋਈ ਗਾਵੇ ਰਾਗੀ ਨਾਦੀ 베ਦੀ ਬਹੁਪਾਂਤ ਕਰ ਚਾਹੇ ਸ਼ਬਦ ਲਾਪੇ ਚਾਹੇ ਬਾਜੇ ਬਜਾਵੇ ਵਾਹਿਗੁਰੂ ਦੀ ਉਸਤਤ ਦੇ ਵਿੱਚ ਚਾਹੇ ਵੇਦਾਂ ਦੇ ਪਾਠ ਕਰੇ ਇਹ ਕਿੰਦੇ ਪਰਮਾਤਮਾ ਉਹਦੇ ਤੇ ਪ੍ਰਸੰਨ ਨਹੀਂ ਹੁੰਦਾ ਕਿਉਂ ਮੇਨ ਦੋਸ਼ ਇਹ ਜਿਹਨਾਂ ਅੰਤਰ ਕਪਟ ਵਿਕਾਰ ਹੈ ਕਿਉਂ ਉਹਨਾਂ ਦੇ ਅੰਦਰ ਹਨ ਕਪਟ ਦੇ ਰੂਪੀ ਵਿਕਾਰ ਜਿਹੜਾ ਹੈਗਾ ਉਹ ਅੰਦਰ ਬੜਾ ਪਰਵਲ ਹੁੰਦਾ ਹੈਗਾ ਤੇ ਕਿੰਦੇ ਵਾਹਿਗੁਰੂ ਤਾਂ ਅੰਤਰਜਾਮੀ ਉਹ ਤਾਂ ਸਭ ਕੁਝ ਜਾਣਦਾ ਹੈਗਾ ਪਰ ਇਸ ਕਪਟ ਨੂੰ ਇਸ ਫਰੇਮ ਨੂੰ ਅਗਰ ਜਿੰਨਾ ਵੀ ਕੋਈ ਲੁਕਾਉਣ ਦਾ ਜਦਨ ਕਰੇ ਫਿਰ ਵਾਹਿਗੁਰੂ ਦੀ ਨਜ਼ਰ ਤੋਂ ਨਹੀਂ ਲੁਕਾ ਸਕਦਾ ਸੋ ਇਸੇ ਕਰਕੇ ਬਾਣੀ ਨੇ ਕਿਹਾ ਹੈ ਕਿ ਜਿਨ੍ਹਾਂ ਗੁਰਮੁਖ ਦੇ ਅੰਦਰ ਹਿਰਦਾ ਸ਼ੁੱਧ ਆ ਕਪਟ ਬਕਰ ਨਹੀਂ ਹੈਗਾ ਕਹਿੰਦੇ ਹਰੀ ਦੀ ਬੰਦਗੀ ਭਗਤੀ ਉਹ ਹੀ ਹੀ ਕਰ ਸਕਦੇ ਆ ਭਾਵ ਕੀ ਹੈ ਸ਼ੁੱਧ ਹਿਰਦੇ ਵਾਲਾ ਜਿਹੜਾ ਇਨਸਾਨ ਹੈ ਉਹ ਹੀ ਹੀ ਵਾਹਿਗੁਰੂ ਦੀ ਖੁਸ਼ੀ ਪ੍ਰਸੰਤਾ ਹਾਸਲ ਕਰ ਸਕਦਾ ਕਪਟ ਵਾਲਾ ਨਹੀਂ ਕਰ ਸਕਦਾ ਹੈ ਸੋ ਅਗਰ ਆਪ ਪਹਿਨਾ ਥੋੜਾ ਜਾਇ ਇਸ ਸੱਲ ਕਪਟ ਦੀ ਵਿਚਾਰ ਥੋੜੀ ਜਿਹੀ ਪਿਛਲੇ ਜੁਗਾਂ ਚ ਲਿਆ ਜਾਈਏ ਆਪਾਂ ਥੋੜਾ ਜਾਣਦੇ ਆ ਕਿ ਭਗਵਾਨ ਰਾਮਚੰਦਰ ਮਹਾਰਾਜ ਨੇ ਬਾਲੀ ਦੇ ਹਨਾ ਸ਼ੁਭ ਕੇ ਤੀਰ ਮਾਰਿਆ ਲੇਕਿਨ ਸਧਾਰਨ ਅੱਖ ਜਿਹੜੀ ਆ ਉਹ ਇਹ ਤੱਕਦੀ ਆ ਤੇ ਇਹ ਫੈਸਲਾ ਕਰਦੀ ਆ ਵੀ ਇਹ ਜਿਹੜਾ ਕਪਟ ਚੰ ਧੋਖਾ ਭਗਵਾਨ ਰਾਮ ਨੇ ਕੀਤਾ ਸੀ ਬਾਲੀ ਦੇ ਨਾਲ ਇਹ ਚੰਗਾ ਨਹੀਂ ਕੀਤਾ ਕਿਉਂ ਜੋਧੇ ਦਾ ਕੰਮ ਜਿਹੜਾ ਹੈ ਨਾ ਛਲ ਕਪਟ ਨਹੀਂ ਕਰਨਾ ਹੁੰਦਾ ਸਾਹਮਣੇ ਤੀਰ ਮਾਰਨਾ ਪਰ ਕਿਉਂ ਕਿਉਂਕਿ ਜਿਹੜੇ ਭਗਵਾਨ ਹੁੰਦੇ ਆ ਜਾਂ ਉਹ ਅਵਤਾਰੀ ਪੁਰਖ ਹੁੰਦੇ ਹਨ ਉਹਨਾਂ ਦੀ ਜਿਹੜੀ ਸੋਝੀ ਹੁੰਦੀ ਬੜੀ ਗਹਿਰੀ ਹੁੰਦੀ ਆ ਉਹਨਾਂ ਨੂੰ ਪਤਾ ਸਗਾ ਕਿ ਵਾਲੀ ਨੇ ਜਿਹੜਾ ਵਰਦਾਨ ਲਿਆ ਹਨਾ ਕਿ ਜਿਹੜਾ ਮੇਰੇ ਕੋਲ ਸਾਹਮਣੇ ਆਊਗਾ ਉਹਦਾ ਅੱਧਾ ਬਲ ਜਿਹੜਾ ਹੈਗਾ ਮੇਰੇ ਵਿੱਚ ਆ ਜਾਏਗਾ ਆਪਣੇ ਆਪ ਇਸ ਕਰਕੇ ਇਹ ਜਿਹੜੇ ਇਨਸਾਨ ਆ ਜਦੋਂ ਉਹ ਰੱਬ ਦੇ ਪਿਆਰੇ ਦੇਖਦੇ ਆ ਕਿ ਇਸ ਵਰਦਾਨ ਦਾ ਇਸ ਤਾਕਤ ਦਾ ਸ਼ਕਤੀ ਦਾ ਗਲਤ ਇਸਤੇਮਾਲ ਕਰਦੇ ਆ ਦੁਰਵਰਤੋਂ ਕਰਦੇ ਆ ਫਿਰ ਉਹਨਾਂ ਦੇ ਨਾਲ ਜਿਹੜੇ ਕੀਤਾ ਗਿਆ ਜਿਹਨੂੰ ਦੁਨੀਆ ਦੇ ਨਜ਼ਰ ਦੇ ਵਿੱਚ ਆਪਾਂ ਛਾਲ ਕਹਿੰਦੇ ਆ ਸੱਚੇ ਛਾਲ ਨਹੀਂ ਹੁੰਦਾ ਹੈ لیکن اگر ਆ ਪੰਜ ਨੂੰ ਛાળ ਵੀ ਕਰ دیے پھر ਇਹ शुद्ध ਛਾਲ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਸੀ ਹੋਰ ਵੀ ਦੇਖਦੇ ہیں ਕਿ ਕ੍ਰਿਸ਼ਨ ਭਗਵਾਨ ਨੂੰ ਵਿਛੜਿਆ ਕਿਹਾ ਗਿਆ ਹੈ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਨੇ ਦੇਖੋ ਕਰਨ ਦੇ ਜਿਹੜੇ ਸਿਗੇ ਕਿਵੇਂ ਉਹਨਾਂ ਨੇ ਭੀਸ ਬਟਾ ਕੇ ਉਹ ਕਬਜ ਤੇ ਜਿਹੜੇ ਇੱਕ ਮੰਡਲ ਮੰਗੇ ਸੀਗੇ ਵੱਡੇ ਵੱਡੇ ਯੋਧੇ ਜਿਨ੍ਹਾਂ ਨੇ ਉਹ ਬਾਰ ਮੰਗੇ ਸੀ ਕਿ ਇੱਕੋ ਤੀਰ ਦੇ ਨਾਲ ਜਿਹੜਾ ਜੁੱਧ ਦਾ ਫੈਸਲਾ ਕਰਦੀ ਹੈ ਉਹਨਾਂ ਦਾ ਸਿਰ ਵੀ ਭਗਵਾਨ ਕ੍ਰਿਸ਼ਨ ਨੇ ਮੰਗ ਲਿਆ ਸੀਗਾ ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਦੇ ਜੀਵਨ ਦੇ ਵਿੱਚ ਚਾਹੇ ਉਹ ਨਹੀਂ ਉਸ ਟਾਈਮ ਦੇ ਜਜਿਸਟਰ ਨੂੰ ਯਾਨੀ ਕਿ ਝੂਠ ਬੋਲਣ ਲਈ ਮਜਬੂਰ ਕਰ ਦਤਾ ਸੀਗਾ ਅਸਲ ਦੇ ਵਿੱਚ ਇਹ ਆ ਕੁ ਸਧਾਰਨ ਅੱਖ ਦੀ ਨਜ਼ਰ ਦੇ ਵਿੱਚ ਛਲਕਪਟ ਹੈ ਪਰ ਭਗਵਾਨ ਦੀ ਨਜ਼ਰ ਤੇ ਛਲਕਪਟ ਨਹੀਂ ਹੈ ਕਿਉਂਕਿ ਛਲਕਪਟ ਉਹ ਚੀਜ਼ ਹੁੰਦੀ ਹੈ ਜਿਹਦੇ ਨਾਲ ਆਪਣਾ ਸਵਾਰਥ ਸਿੱਧ ਹੋਵੇ ਆਪਣਾ ਲੋਭ ਜਿਹੜਾ ਹਨਾ ਉਹ ਅਸੀਂ ਉੱਚਾ ਕਰੀਏ ਪਰ ਜਿਹਦੇ ਵਿੱਚ ਕੋਈ ਲੋਭ ਨਹੀਂ ਕੋਈ ਸਵਾਰਥ ਨਹੀਂ ਭਲਾਈ ਹੈਗੀ ਹੈ ਇਸ ਦੁਨੀਆ ਦੇ ਜਿੰਨੇ ਵੀ ਜੀਵ ਹੈ ਉਹਨਾਂ ਦੀ ਛੂਪੀ ਆ ਫਿਰ ਉਹਨਾਂ ਨਾਲ ਕੀਤਾ ਗਿਆ ਇਹ ਜਿਹੜਾ ਵਰਤਾਰਾ ਹਨ ਇਹ ਸ਼ੁੱਧ ਜਿਹੜਾ ਛਾਲ ਜਾਂ ਕਪਟਕ ਹੁੰਦਾ ਹੈ ਨਾ ਕਿ ਇਹ ਜਿਹੜਾ ਦੁਨਿਆਵੀ ਲੋਕਾਂ ਵੱਲੋਂ ਕੀਤਾ ਜਾਂਦਾ ਹੈਗਾ ਜਿਹਨੂੰ ਅਸੀਂ ਕਹਿੰਦੇ ਆ ਕਿ ਮੂੰਹ 'ਚ ਰਾਮ ਰਾਮ ਤੇ ਬਗਲ 'ਚ ਛੁਰੀ ਇਹ ਜਿਹੜਾ ਚੀਜ਼ ਹੈ ਬੜੀ ਕਾਤਕ ਸਿੱਧਾ ਸੋ ਇਸੇ ਕਰਕੇ ਜਿਨ੍ਹਾਂ ਨੇ ਤਾਂ ਗੁਰਮੁਖ ਦੇ ਪੰਦੀ ਬਣਨਾ ਵਾਹਿਗੁਰੂ ਦੀ ਪ੍ਰਸੰਤਾ ਹਾਸਲ ਕਰਨੀ ਹੈ ਨਾ ਉਹਨਾਂ ਨੂੰ ਇਹ ਜਿਹੜਾ ਹੈ ਨਾ ਛਲਕਪਟ ਦੀ ਜੋ ਜੋ ਪਲਾਨ ਹੈਗੀ ਆ ਇਸ ਯੋਜਨਾ ਤੋਂ ਬਹੁਤ ਬਚਣ ਦੀ ਲੋੜ ਹੈਗੀ ਆ ਕਿਉਂਕਿ ਵਾਹਿਗੁਰੂ ਦੇ ਵਾਸਤੇ ਹਨ ਦੇਖੋ ਅਸੀਂ ਹੈ ਨਾ ਪੱਬੇ ਬਣਨੇ ਆ ਤੇ ਇਹਨਾਂ ਪੱਬਿਆਂ 'ਚ ਵੱਡਾ ਪੱਬਾ ਹੀ ਹੋਈ ਸਰਬਤ ਦਾ ਭਲਾ ਤੇ ਜਿਹੜੇ ਸਰਬਤ ਦਾ ਭਲਾ ਮੰਗਦੇ ਕਿਸੇ ਨਾ ਛਲਕਪਟ ਕਰਨ ਦਾ ਕਦੀ ਸੋਚ ਨਹੀਂ ਸਕਦੇ ਪਰ ਅਸੀਂ ਵੱਡੇ-ਵੱਡੇ ਦੇਖਿਆ ਥੋੜਾ ਪਿਛਲੇ ਇਤਿਹਾਸ ਦੇ ਵਿੱਚ ਵੀ ਨਜ਼ਰ ਮਾਰੀਏ ਕਿ ਅਗਰ ਕੋਈ ਗੁਰੂ ਕਿਸੇ ਆਪਣੇ ਚੇਲੇ ਦੇ ਨਾਲ ਕੋਈ ਛਲਕੁਪਟ ਕਰਦਾ ਫਿਰ ਉਹ ਗੁਰੂ ਕਹਾਉਣ ਦਾ ਹੱਕਦਾਰ ਨਹੀਂ ਹੈ ਤੇ ਅਗਰ ਚੇਲਾ ਵੀ ਜਿਹੜਾ ਹੈ ਨਾ ਛਲਕੁਪਟ ਗੁਰੂ ਨਾਲ ਕਰੇ ਤਾਂ ਫਿਰ ਉਹ ਚੇਲਾ ਕਹਾਉਣ ਦਾ ਵੀ ਹੱਕਦਾਰ ਨਹੀਂ ਹੈ ਆਪਾਂ ਦਰੋਣਾਚਾਰੀ ਦੇ ਜੀਵਨ ਦਾ ਪ੍ਰਸੰਗ ਦੇਖ ਲੈਂਦੇ ਆ ਕਿ ਕਿਵੇਂ ਇੱਕ ਭੀਲ ਦੇ ਮੁੰਡੇ ਨੇ ਛਲਕੁਪਟ ਕਰਕੇ ਉਹ ਨਹੀਂ ਗੂਠਾ ਮੰਗ ਲਿਆ ਸੀ ਪਰ ਉਸ ਟਾਈਮ ਦੇ ਜਿਹੜਾ ਸਾਧੂ ਸਮਾਜ ਸੀਗਾ ਉਹਨਾਂ ਨੇ ਦਰੋਣਾਚਾਰੀਆ ਦੇ ਮੋਰੋਂ ਜਿਹੜਾ ਅਖਰ ਗੁਰੂ ਸੀਗਾ ਹਨ ਉਹ ਕੱਟ ਦਿੱਤਾ ਸੀਗਾ ਕੱਲਾ ਦਰੋਣਾਚਾਰੀਆ ਰਹਿਣ ਦਾ ਤਾਂ ਸੀ ਗੁਰੂ ਦਰੋਣਾਚਾਰੀਏ ਦੇ ਨਾਲ ਜਿਹੜਾ ਸੰਬੋਧਨ ਅਗੇ ਉਹ ਕਰਦੇ ਹੁੰਦੇ ਸੀ ਨਾ ਆਦਰ ਸਤਕਾਰ ਜਿਹੜਾ ਉਹ ਸ਼ਬਦ ਉਹਦੇ ਵਾਸਤੇ ਵਰਤਦੇ ਸੀ ਉਹ ਉਹਦੇ ਵਾਸਤੇ ਕੱਢ ਦਿੱਤਾ ਸੀ ਕਿਉਂ ਕਿ ਉਹਨੇ ਛਲਕੁਪਟ ਕੀਤਾ ਸੀ ਆਪਣੇ ਚੇਲੇ ਦੇ ਨਾਲ ਸੋ ਛਲਕੁਪਟ ਕਰਨ ਵਾਲਾ ਜਿਹੜਾ ਹਨਾ ਆਮ ਮਹਾਪੁਰਖਾਂ ਦੀ ਨਜ਼ਰ ਦੇ ਵਿੱਚ ਜਿਹੜਾ ਹੈਗਾ ਉਹਦੀ ਬਖਸ਼ ਨਹੀਂ ਜਾਂਦਾ ਇਸੇ ਤਰ੍ਹਾਂ ਅਸੀਂ ਕਰਨ ਦੀ ਜ਼ਿੰਦਗੀ ਵਿੱਚ ਵੀ ਦੇਖਦੇ ਹਾਂ ਕਿ ਕਰਨ ਬੜਾ ਜੋਧਾ ਆਪਣੇ ਆਪ ਦੇ ਵਿੱਚ ਉਹਨਾਂ ਯੋਗਾਂ ਦੇ ਵਿੱਚ ਹੈਗਾ ਲੇਕਿਨ ਕਿਵੇਂ ਉਸੇ ਹੀ ਕਾਰਨ ਨੇ ਜਿਹੜਾ ਸਗਾ ਪਰਸ਼ਰਾਮ ਤੋਂ ਇਹ ਜਿਹੜੀ ਵਿਦਿਆ ਲੈ ਸੀ ਯੁੱਧ ਕਲਾ ਦੀ ਇਹ ਕਿਵੇਂ ਛਲ ਦੇ ਨਾਲ ਲਈ ਸੀ ਪਰ ਜਦੋਂ ਪਰਸ਼ਰਾਮ ਨੂੰ ਪਤਾ ਲੱਗਾ ਕਿ ਇਹ ਵਿਦਿਆ ਜਿਹੜੀ ਇਹ ਕਾਰਨੇ ਛਲ ਦੇ ਨਾਲ ਮੇਰੇ ਤੋਂ ਪ੍ਰਾਪਤ ਕੀਤੀ ਆ ਆਪਣੇ ਆਪ ਨੂੰ ਲੁਕੋ ਕੇ ਰੱਖਿਆ ਹੈਗਾ ਫਿਰ ਦੇਖੋ ਉਹਨੇ ਇੱਕ ਗੱਲ ਫਿਰ ਨੂੰ ਕਹਿਤੀ ਸੀ ਕਹਿੰਦੇ ਵਿਦਿਆ ਤਾਂ ਤੈਨੂੰ ਜਰੂਰ ਮਿਲ ਗਈ ਆ ਤੂੰ ਹਾਸਲ ਕਰ ਲਈ ਆ ਪਰ ਜਿੱਦਣ ਕਿਤੇ ਤੈਨੂੰ ਅਤ ਲੋੜ ਹੋ ਗਈ ਨਾ ਇਸ ਵਿਦਿਆ ਦੀ ਬਸ ਉਸ ਟਾਈਮ ਇਹ ਤੂੰ ਮੇਰੀ ਦਿੱਤੀ ਹੋਈ ਵਿਦਿਆ ਭੁੱਲ ਜਾਊਗਾ ਸੋ ਕਹਿਣ ਤੋਂ ਭਾਵ ਇਹ ਆ ਕਿ ਨਾ ਗੁਰੂ ਨੂੰ ਛਲ ਕਪਟ ਕਰਨਾ ਚਾਹੀਦਾ ਹੈ ਨਾ ਚੇਲੇ ਨੂੰ ਦੋਨਾਂ ਨੂੰ ਗਰੇਜ ਕਰਨਾ ਚਾਹੀਦਾ ਨਾ ਚੀਜ਼ਾਂ ਦੇ ਵਿੱਚ ਫਿਰ ਸੱਚਾ ਗੁਰੂ ਹੋਈ ਸੱਚਾ ਸੇਵਕ ਉਹੀ ਹੈ ਜਿਹੜਾ ਆਪਣੀ ਅੰਦਰਲੀ ਜਿਹੜੀ ਗੱਲ ਹੈ ਨਾ ਕਿਸੇ ਤੋਂ ਲੁਕੋ ਕੇ ਨਾ ਰੱਖੇ ਹੁਣ ਦੇਖੋ ਜਿਵੇਂ ਮਾਤਾ ਪਿਤਾ ਜੀ ਆ ਜਾਂ ਗੁਰੂ ਹੈ ਉਹਦਾ ਜਿਹੜਾ ਮੇਨ ਗੁਰੂ ਹੋਣ ਦਾ ਜੋ ਸਤਕਾਰ ਮਾਨ ਇਹਦੇ ਵਿੱਚ ਹੀ ਬਣਦਾ ਕਿ ਉਹਦਾ ਜਿਹੜਾ ਚੇਲਾ ਹੈ ਜਾਂ ਮਾਤਾ ਪਿਤਾ ਦਾ ਜਿਹੜਾ ਪੁੱਤਰ ਹਨਾ ਉਹ ਉਹਨਾਂ ਨਾਲੋਂ ਵੱਧ ਕੇ ਹੋਵੇ ਉਹਨਾਂ ਨਾਲੋਂ શ્રેષ્ઠ ਹੋਵੇ ਫਿਰ ਉਸ શ્રેષ્ઠਤਾ ਦੇ ਵਿੱਚ ਮਾਤਾ ਪਿਤਾ ਆਪਣੇ ਪੁੱਤਰ ਤੇ ਪ੍ਰਸੰਨ ਹੁੰਦੇ ਆ ਤੇ ਗੁਰੂ ਜਿਹੜਾ ਹੈਗਾ ਉਹ ਆਪਣੇ ਚੇਲੇ ਤੇ ਪ੍ਰਸੰਨ ਹੁੰਦਾ ਹੈਗਾ ਤੇ ਇਸੇ ਤਰ੍ਹਾਂ ਜਿਹੜਾ ਚੇਲਾ ਹੈਗਾ ਉਹ ਵੀ ਆਪਣੇ ਗੁਰੂ ਤੇ ਪ੍ਰਸੰਨ ਇਸ ਕਰਕੇ ਹੁੰਦਾ ਕਿ ਮੇਰੇ ਗੁਰੂ ਨੇ ਮੈਨੂੰ ਆਪਣੇ ਨਾਲੋਂ ਉੱਚਾ ਉਹਦਾ ਬਖਸ਼ਿਆ ਹੈ ਤੇ ਇਸ ਕਰਕੇ ਉਹ ਹਮੇਸ਼ਾ ਹੀ ਆਪਣੇ ਗੁਰੂ ਦਾ ਰਿਣੀ ਰਹਿੰਦਾ ਹੈ ਕਿ ਇਹੋ ਜਿਹਾ ਗੁਰੂ ਅਗਰ ਮੇਰੀ ਜ਼ਿੰਦਗੀ 'ਚ ਨਾ ਆਉਂਦਾ ਤੇ ਮੈਨੂੰ ਜੋ ਮਾਨ ਸਤਕਾਰੇ ਸੰਸਾਰ ਚੋਂ ਮਿਲਿਆ ਹੈਗਾ ਮੈਨੂੰ ਸ਼ਾਇਦ ਕਦੀ ਨਹੀਂ ਮਿਲਦਾ ਇਸ ਕਰਕੇ ਉਹ ਗੁਰੂ ਜਿਹੜਾ ਹਨ ਧੰਤਾ ਜੋਗ ਹੁੰਦਾ ਹੈ ਪਰ ਅਗਰ ਦੋਨਾਂ ਦੇ ਵਿੱਚ ਇਹ ਫਰਕ ਆ ਜਾਵੇ ਕਿ ਦੋਨੇ ਇੱਕ ਦੂਜੇ ਦੇ ਨਾਲ ਛਲ ਕਪੜੇ ਦੇ ਨਾਲ ਕੋਈ ਐਸੀ ਜਿਹੜੀ ਹੈਗੀ ਉਹ ਵਿਉਤ ਬੰਦੀ ਦੇ ਨਾਲ ਵਿਦਿਆ ਹਾਸਲ ਕਰਨੀ ਚਾਹਣ ਜਾਂ ਕੋਈ ਮੰਤਰ ਹਾਸਲ ਕਰਨਾ ਚਾਹਣ ਜਾਂ ਕੋਈ ਵੈਸੇ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਨਾ ਚਾਹਣ ਤੇ ਦੋਨਾਂ ਵਾਸਤੇ ਜਿਹੜਾ ਫਿਰ ਉਹ ਠੀਕ ਨਹੀਂ ਹੈ ਜਿਵੇਂ ਮਹਾਪੁਰਖ ਦੱਸਦੇ ਸੀਗੇ ਕਿ ਇੱਕ ਕੋਈ ਜਣੀ ਚੰਗੇ ਹਨ ਵਿਦਵਾਨ ਸੀਗੇ ਕੋਈ ਮਹਾਤਮਾ ਉਹਨਾਂ ਨੂੰ ਛੇ ਸ਼ਾਸਤਰਾਂ ਦਾ ਬੜਾ ਗਿਆਨ ਸੀਗਾ ਤੇ ਇੱਥੋਂ ਤੱਕ ਉਹ ਉਹਨਾਂ ਨੂੰ ਚਾਰ ਵੀ ਦੇ ਵੀ ਗਿਆਨੀ ਸੀ ਉਪਨਿਸ਼ਦਾਂ ਦਾ ਵੀ ਗਿਆਨ ਸੀਗਾ ਕਾਫੀ ਉੱਚੇ ਸਾਧੂ ਸੀਗੇ ਤੇ ਇੱਥੋਂ ਤੱਕ ਉਹਨਾਂ ਦੀ ਜਿਹੜੀ ਅਸੀਂ ਵਿਦਿਆ ਦੀ ਧੁੰਮ ਸੀਗੀ ਕਿ ਉੱਥੇ ਦੇ ਜਿਹੜਾ ਰਾਜਾ ਸੀਗਾ ਹਨ ਉਹਨੇ ਵੀ ਉਹਨਾਂ ਨੂੰ ਆਪਣਾ ਜਿਹੜਾ ਸੀਗਾ ਉਹ ਰਾਜਗੁਰੂ ਘੋਸ਼ਿਤ ਕਰ ਦਿੱਤਾ ਸੀਗਾ ਪਰ ਜਿਹੜੇ ਵਿਦਿਆਰਥੀ ਉਹਨਾਂ ਤੋਂ ਵਿਦਿਆ ਲੈਂਦੇ ਸੀਗੇ ਨਾ ਉਸ ਰਾਜਗੁਰੂ ਤੋਂ ਉਸ ਰਾਜਗੁਰੂ ਦਾ ਇੱਕ ਕੋਈ ਸ਼ਾਗਿਰਦ ਸੀਗਾ ਤੇ ਉਹ ਦੇਖੋ ਜਿਹੜਾ ਸ਼ਾਗਿਰਦ ਸੀਗੀ ਚੇਲਾ ਸੀਗਾ ਉਸ ਰਾਜਗੁਰੂ ਨੂੰ ਪਤਾ ਨਹੀਂ ਉਹਦੇ ਨਾਲ ਨਾ ਕੋਈ ਐਸੀ ਅੰਦਰ ਜਿਹੜੀ ਸੀਗੀ ਉਹ ਘ੍ਰਿੰਣਾ ਪੈਦਾ ਹੋ ਗਈ ਕਿ ਇਸ ਕਰਕੇ ਉਹ ਜਿਹੜਾ ਰਾਜਗੁਰੂ ਸੀਗਾ ਉਹਨੇ ਉਹਦੇ ਜਿਹੜੀ ਵਿਦਿਆ ਦੇਣੀ ਸੀਗੀ ਉਹਨੂੰ ਜਾਂ ਉਹ ਜਿਹੜਾ ਗਿਆਨ ਕਰਾਉਣਾ ਸੀਗਾ ਨਾ ਉਸ ਗਿਆਨ ਦੇ ਉੱਤੇ ਪੜਦਾ ਪਾਦਾ ਭਾਵ ਕਿ ਉਹ ਵਿਦਿਆ ਨਹੀਂ ਦਿੱਤੀ ਤਾਂ ਜੋ ਜਿਹੜਾ ਇਹ ਚੇਲਾ ਹੈਗਾ ਇਹ ਵਿਦਿਆਵਚਨ ਪੁੰਨਣਾ ਹੋ ਸਕੇ ਦੇਖੋ ਜਦੋਂ ਗੁਰੂ ਹੀ ਚੇਲੇ ਦੇ ਨਾਲ ਜਿਹੜਾ ਹੈਗਾ ਉਹ ਸਮ ਦ੍ਰਿਸ਼ਟੀ ਨਾ ਰੱਖੇ ਛਲ ਕਵਟੰਦਰ ਰੱਖੇ ਫਿਰ ਖਰਾ ਨਹੀਂ ਹੈਗਾ ਪਰ ਇਹ ਚੀਜ਼ ਜਿਹੜੀ ਸੀਗੀ ਇਹ ਕੁਝ ਟਾਈਮ ਤੱਕ ਜਿੱਜੜੀ ਸੀ ਉਹ ਦੁਨੀਆ 'ਚ ਪ੍ਰਗਟ ਨਹੀਂ ਹੋਈ ਪਰ ਇੱਕ ਵਾਰ ਕਰਨ ਐਸਾ ਬਣਿਆ ਕਿ ਉਹ ਜਿਹੜਾ ਚੇਲਾ ਸੀ ਪਤਾ ਉਹਨੂੰ ਵੀ ਸੀ ਕਿ ਜਿਹੜਾ ਗੁਰੂ ਮੈਨੂੰ ਜੋ ਵਿਦਿਆ ਦਿੰਦਾ ਹੈਗਾ ਉਹਦੇ ਵਿੱਚ ਮੇਰੇ ਨਾਲ ਉਹ ਹੇਰ ਫੇਰ ਕਰਦਾ ਹੈਗਾ ਮੈਨੂੰ ਸਹੀ ਗਿਆਨ ਹੀ ਦੇ ਰਿਹਾ ਜਿਹਦੀ ਮੈਨੂੰ ਤਲਾਸ਼ ਹੈਗੀ ਆ ਪਰ ਚੇਲੇ ਨੇ ਕਦੇ ਵੀ ਆਪਣੇ ਗੁਰੂ ਦੇ ਪ੍ਰਤੀ ਕਦੀ ਨਫ਼ਰਤ ਦੀ ਭਾਵਨਾ ਦੇ ਨਾਲ ਨਹੀਂ ਸੀ ਤੱਕਿਆ ਦੇਖੋ ਜਿਹਦਾ ਸਟਾਏ ਹੋਇਆ ਕਿ ਉਸੇ ਹੀ ਰਾਜਾ ਜਿਸ ਰਾਜੇ ਨੇ ਇਸ ਨੂੰ ਜਿਹੜਾ ਸੀਗਾ ਆਪਣਾ ਰਾਜਗੁਰੂ ਘੋਸ਼ਿਤ ਕੀਤਾ ਸੀਗਾ ਉਸ ਦੀ ਲੜਕੀ ਨੂੰ ਕੋਈ ਪ੍ਰੇਤਵਾਦਾ ਹੋਈ ਜਦੋਂ ਨੂੰ ਪ੍ਰੇਤਵਾਦਾ ਹੋ ਗਈ ਤੇ ਉਸ ਰਾਜੇ ਨੇ ਫਿਰ ਜਿਹੜਾ ਸੀਗਾ ਆਪਣਾ ਜਿਹੜਾ ਗੁਰੂ ਸੀਗਾ ਰਾਜਗੁਰੂ ਇਹਨੂੰ ਬੁਲਾਇਆ ਕਿ ਮੇਰੀ ਲੜਕੀ ਜਿਹੜੀ ਹੈ ਉਹ ਕਿਸੇ ਐਸੀ ਪ੍ਰੇਤਵਾਦਾ ਦੇ ਵਿੱਚ ਫਸ ਗਈ ਹੈਗੀ ਹੈ ਤੇ ਤੁਸੀਂ ਇਹਨੂੰ ਕੱਢ ਸਕਦੇ ਆ ਦੇਖੋ ਫੇ ਉਸ ਟਾਈਮ ਜਿੱਥੇ ਉਹ ਰਾਜਗੁਰੂ ਉਸ ਲੜਕੀ ਦੇ ਕੋਲ ਪਹੁੰਚਾ ਬਾਕੀ ਚੇਲੇ ਵੀ ਉਹਦੇ ਨਾਲ ਗਏ ਤੇ ਇਹ ਵੀ ਜਿਹੜੇ ਇਹਨਾਂ ਦੇ ਚੇਲੇ ਸਗੇ ਜਿਨ੍ਹਾਂ ਦੇ ਨਾਲ ਘਰੇਣਾ ਕਰਦਾ ਸੀ ਬਾਕੀ ਚਿੱਲਿਆਂ ਦੇ ਨਾਲ ਇਹ ਵੀ ਨਾਲ ਚਲੇ ਗਏ ਜਾਂ ਤੇ ਗਏ ਤੇ ਉਸ ਰਾਜਗੁਰੂ ਨੇ ਫੇਰ ਉਸ ਪ੍ਰੇਤਵਾਦਾ ਵਾਲੀ ਲੜਕੀ ਨੂੰ ਹਨ ਜਦ ਮੰਤਰ ਪੜ੍ਹ ਕੇ ਉਸ ਪ੍ਰੇਤਵਾਦਾ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਉਹ ਜਿਹੜਾ ਪ੍ਰੇਤ ਸੀਗਾ ਨਾ ਉਹ ਬੜੇ ਜ਼ੋਰ ਦੇ ਨਾਲ ਲੜਕੀ ਦੀ ਰਸਨਾ ਦੇ ਉੱਤੇ ਬੋਲ ਪਿਆ ਉਹ ਕਹਿਣ ਲੱਗਾ ਕਿ ਰਾਜੇ ਦੀ ਨਜ਼ਰ ਦੇ ਵਿੱਚ ਜਾਂ ਇਸ ਰਾਜ ਦੀ ਨਜ਼ਰ ਦੇ ਵਿੱਚ ਤੂੰ ਰਾਜਗੁਰੂ ਤਾਂ ਹੋ ਸਕਦਾ ਹੈਗਾ ਪਰ ਮੇਰੇ ਸਾਹਮਣੇ ਤੂੰ ਕੌਡੀ ਦਾ ਵੀ ਨਹੀਂ ਹੈ ਅਗਰ ਤੂੰ ਇਹ ਮੰਤਰ ਬੰਦਨਾ ਕੀਤੇ ਤਾਂ ਮੈਂ ਤੈਨੂੰ ਹੁਣੇ ਹੀ ਨਾ ਪਟਕਾ ਕੇ ਖਤਮ ਕਰ ਦਊਗਾ ਜਦੋਂ ਉਸ ਪ੍ਰੇਤ ਨੇ ਉਸ ਲੜਕੀ ਦੇ ਵਿੱਚੋਂ ਇਹ ਗੱਲ ਆਖੀ ਤੇ ਉਹ ਜਿਹੜਾ ਫਿਰ ਰਾਜਗੁਰੂ ਸੀਗਾ ਉਸ ਰਾਜੇ ਦਾ ਬੁਰੀ ਤਰ੍ਹਾਂ ਕੰਬ ਗਿਆ तो यकदम मंत्र बंद कर गया ना जकदम पिछे हट के दूर बैठ गया जब यह गल हुई तो सारे सनाटा छा गया फिर वो जो राजा सगा वह भी हक्का बक्का हो गया कि यह तो राजू हैगा तो इस प्रेत ने देखो एको एक ही दबके जरा सारा घुम्ड चूर करके रख दिता है पर देखो ਫਿਰ ਉਸ ਰਾਜੇ ਨੇ ਕਿਹਾ ਕਿ ਇਸ ਚੇਲਿਆਂ ਦੇ ਵਿੱਚੋਂ ਕੋਈ ਐਸਾ ਜਿਹੜਾ ਹੈਗਾ ਉਹ ਕੋਈ ਵੀ ਚੇਲਾ ਜਾਂ ਗੁਰੂ ਨਹੀਂ ਹੈਗਾ ਜਿਹੜਾ ਮੇਰੀ ਲੜਕੀ ਨੂੰ ਪ੍ਰੇਤਵਾਦਾਂ ਤੋਂ ਮੁਕਤ ਕਰ ਸਕੇ ਫਿਰ ਉਸ ਟਾਈਮ ਉਹਨਾਂ ਚੇਲਿਆਂ 'ਚ ਉਹ ਜਿਹੜਾ ਚੇਲਾ ਜਿਹਦੇ ਨਾਲ ਉਹ ਰਾਜਗੁਰੂ ਪੰਡਿਤ ਘਰਣਾ ਕਰਦਾ ਸੀ ਉਹਦੇ ਨਾਲ ਛਲਕਪਟ ਕਰਕੇ ਉਹਨੂੰ ਸਹੀ ਗਿਆਨ ਵਿਦਿਆ ਨਹੀਂ ਸੀ ਦਿੰਦਾ ਉਹ ਫਿਰ ਅੱਗੇ ਆਇਆ ਉਹਨੇ ਫੇ ਆ ਕੇ ਫਿਰ ਜਦ ਲੜਕੀ ਨੂੰ ਪੁੱਛਿਆ ਕਿ ਭਾਈ ਪਹਿਲਾਂ ਤਾਂ ਉਸ ਪ੍ਰੇਤ ਨੂੰ ਆਖਿਆ ਹੈਗਾ ਕਿ ਤੁਸੀਂ ਇਹ ਦੱਸੋ ਕਿ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹੈ ਜਦ ਇੰਨੀ ਗੱਲ ਹੋਈ ਤਾਂ ਉਹ ਪ੍ਰੇਤ ਫਿਰ ਉਹ ਲੜਕੀ ਦੇ ਵਿੱਚੋਂ ਹੀ ਬੋਲਿਆ ਸਗਾ ਉਹ ਕਹਿਣ ਲੱਗਾ ਸਗਾ ਕਿ ਮੇਰੇ ਧਨ ਭਾਗ ਹੈਗੇ ਆ ਜੋ ਤੇਰੇ ਵਰਗੇ ਜਿਹੜੇ ਸੱਜਣ ਹੈਗੇ ਆ ਜਿਨ੍ਹਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਸ਼ਲਕਾਪਟ ਨਹੀਂ ਹੈ ਜਿਨ੍ਹਾਂ ਦੀ ਆਪਣੇ ਗੁਰੂ ਦੇ ਪ੍ਰਤੀ ਜਿਹੜੀ ਦ੍ਰਿਸ਼ਟੀ ਹੈਗੀ ਆ ਉਹ ਕ੍ਰਿੰਡਣਾ ਤੋਂ ਰਹਿਤ ਹੈ ਅੰਦਰ ਅਦਬ ਤੇ ਸਤਕਾਰ ਹੈ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ ਇਹ ਇਹੋ ਜੇ ਸੱਜਣ ਹੀ ਮੈਨੂੰ ਮੁਕਤ ਕਰ ਸਕਦੇ ਆ ਦੇਖੋ ਫਿਰ ਉਸੇ ਹੀ ਚੇਲੇ ਨੇ ਫਿਰ ਉਹ ਲੜਕੀ ਦੇ ਵਿੱਚੋਂ ਜਿਹੜੀ ਉਹ ਪ੍ਰੇਤਵਾਦਾ ਸੀ ਉਹ ਤੋਂ ਮੁਕਤ ਕੀਤਾ ਫਿਰ ਉਸ ਚੇਲੇ ਨੇ ਜਿਹੜੇ ਸੀ ਉਹ ਲੜਕੀ ਦੇ ਅੰਦਰ ਜਿਹੜਾ ਪ੍ਰੇਤ ਸੀਗਾ ਉਹਨੂੰ ਇਹ ਗੱਲ ਪੁੱਛੀ ਸੀ ਕਿ ਤੂੰ ਦੱਸ ਕਿ ਤੂੰ ਕੌਣ ਹੈਗਾ ਜਿੰਨੇ ਇਸ ਰਾਜ ਦੀ ਲੜਕੀ ਨੂੰ ਜਿਹੜਾ ਸੀਗਾ ਉਹ ਆਪਣੇ ਪਕੜ ਦੇ ਵਿੱਚ ਕਰ ਲਿਆ ਹੈ ਫਿਰ ਉਹ ਪ੍ਰੇਤ ਲੜਕੀ ਦੇ ਅੰਦਰੋਂ ਬੋਲਿਆ ਸੀ ਉਹ ਕਹਿਣ ਲੱਗਾ ਕਿ ਮੈਂ ਬ੍ਰह्मराक्षਵਾ ਕਿਸੇ ਟਾਈਮ ਮੈਂ ਵੀ ਬੜਾ ਵੱਡਾ ਪੰਡਤ ਸਗਾ ਵਿਦਵਾਨ ਸਗਾ ਸੋ ਕਹਿੰਦੇ ਮੇਰੇ ਅੰਦਰ ਵੀ ਜਿਹੜਾ ਸਗਾ ਇਹ ਧੋਖੇ ਦੀ ਜਿਹੜੀ ਇਹ ਸਾਰੀ ਗੱਲਬਾਤ ਸੀਗੀ ਕਿ ਛਲਕਪਟ ਕਰਨਾ ਇਹ ਜਿਹੜਾ ਕਰਮ ਸਗਾ ਮੇਰੇ ਅੰਦਰ ਵੀ ਜਾਗ ਪਿਆ ਸਗਾ ਤੇ ਕਹਿੰਦੇ ਇਸ ਛਲਕਪਟ ਦੇ ਕਾਰਨ ਕਰਕੇ ਮੈਂ ਇੱਕ ਇਹ ਜਿਹੜੀ ਗੱਲ ਸੁਣ ਰੱਖੀ ਸੀਗੀ ਕਿ ਜਿਹੜੀ ਬਿੱਲੀ ਹੁੰਦੀ ਹੈ ਅਗਰ ਸ਼ੇਰ ਨੂੰ ਸਾਰਾ ਗਿਆਨ ਦੇ ਦੇਵੇ ਤਾਂ ਉਹ ਜਿਹੜਾ ਸ਼ੇਰ ਆ ਹੋ ਸਕਦਾ ਬਿੱਲੀ ਤੇ ਭਾਰੀ ਪਵੇ ਤੇ ਆਪਣੀ ਬਿੱਲੀ ਨੂੰ ਪਕੜ ਕੇ ਲੈ ਲਵੇ ਕਹਿੰਦੇ ਇਸ ਬਿੱਲੀ ਦੀ ਕਹਾਣੀ ਕਰਕੇ ਮੈਂ ਆਪਣੇ ਚੇਲਿਆਂ ਨੂੰ ਕਦੀ ਪੂਰਾ ਗਿਆਨ ਨਹੀਂ ਸਿਦ ਦਿੱਤਾ ਤਾਂ ਜੋ ਉਹ ਮੇਰੇ ਤੋਂ ਉੱਪਰ ਨਾ ਹੋ ਸਕਣ। ਕਹਿੰਦੇ ਮਰਨ ਤੋਂ ਬਾਅਦ ਫਿਰ ਮੈਂ ਜਿਹੜਾ ਸਗਾ ਇਹਦੀ ਸਜ਼ਾ ਮੈਨੂੰ ਧਰਮਰਾਜ ਨੇ ਇਹ ਦਿੱਤੀ ਕਿ ਮੈਂ ਮਰਨ ਤੋਂ ਬਾਅਦ ਫੇਰ ਹਨਾ ਬ੍ਰਹਮ ਰਾਕਸ਼ ਦੀ ਜੁਨੇ ਪੈ ਗਿਆ ਤੇ ਮੇਰਾ ਆਧਾਰ ਨਹੀਂ ਸੀ ਹੁੰਦਾ। ਤੇ ਕਹਿੰਦੇ ਫਿਰ ਮੈਨੂੰ ਤਲਾਸ਼ ਸੀ ਕੋਈ ਐਸਾ ਸੱਜਣ ਮੜੇ ਜਿਹੜਾ ਛਲ ਕਪੜਤੋਂ ਰਹਿਤ ਹੋਵੇ ਜਿਹਦੇ ਅੰਦਰ ਸਤਕਾਰ ਹੋਵੇ, ਅਦਬ ਹੋਵੇ, ਭਾਵਨਾ ਹੋਵੇ। ਤੇ ਭਾਵਨਾ ਵੀ ਐਸੀ ਹੋਵੇ ਕਿ ਜਿਹਦੇ ਅੰਦਰ ਰਤੀ ਮਾਤਰੀ ਵੀ ਨਾ ਝੂਠ ਨਾ ਹੋਵੇ ਸੱਚ ਹੋਵੇ ਸੋਕੇਂਦੇ ਮੈਨੂੰ ਇਹੋ ਜਿਹਾ ਚੇਲੇ ਦੀ ਤਲਾਸ਼ ਸੀ ਉਹ ਤੂੰ ਹੈ ਉਸ ਬ੍ਰह्मराक्ष ਨੇ ਫਿਰ ਲੜਕੀ ਨੂੰ ਉਸ ਚੇਲੇ ਨੂੰ ਆਖਿਆ ਸੀਗਾ ਕਿ ਉਹ ਤੂੰ ਹੀ ਹੋ ਸਕਦਾ ਹੈਗਾ ਕਿ ਤੇਰੇ ਜਿਹੜੇ ਗੁਰੂ ਨੇ ਤੇਰੇ ਨਾਲ ਪਮਾ ਛਲ ਫਰੇਵ ਕਰਕੇ ਤੈਨੂੰ ਵਿਦਿਆ ਦਾ ਉਹ ਗਿਆਨ ਨਹੀਂ ਦਿੱਤਾ ਹੈਗਾ ਪਰ ਤੈਂ ਫਿਰ ਵੀ ਆਪਣੇ ਗੁਰੂ ਦਾ ਅਦਬ ਮਾਨ ਸਤਕਾਰ ਜਿਹੜਾ ਹੈ ਬਾਕੀ ਚੇਲਿਆਂ ਨਾਲੋਂ ਜ਼ਿਆਦਾ ਰੱਖਿਆ ਹੈਗਾ ਸੋ ਉਸ ਤੋਂ ਬਾਅਦ ਫਿਰ ਦੇਖੋ ਉਸੇ ਹੀ ਚੇਲੇ ਨੇ ਉਸ ਲੜਕੀ ਦੇ ਅੰਦਰੋਂ ਜਿਹੜੀ ਪ੍ਰੇਤ ਬਾਧਾ ਸੀਗੀ ਉਹਨੂੰ ਮੁਕਤ ਕਰ ਦਿੱਤਾ ਸੀਗਾ ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਛਲ ਕਪਟ ਜਿਹੜਾ ਹਨ ਉਹ ਚਾਹੇ ਸਾਡੇ ਇੰਦਰੀਆਂ 'ਚ ਹੋਵੇ ਸਾਡੇ ਅੱਖਾਂ 'ਚ ਹੋਵੇ ਸਾਡੀ ਤੱਕਣੀ ਦੇ ਵਿੱਚ ਹੋਵੇ ਜਾਂ ਉਹ ਜਿਹੜਾ ਛਲ ਕਪਟ ਹੈ ਸਾਡੇ ਕੰਨਾਂ ਵਿੱਚ ਹੋਵੇ ਜਾਂ ਸਾਡੀ ਦਸਨਾਂ ਦੇ ਵਿੱਚ ਹੋਵੇ ਜਾਂ ਸਾਡੇ ਕਰਮ ਦੇ ਵਿੱਚ ਹੋਵੇ ਜਾਂ ਜਿਵੇਂ ਕਹ ਲੋ ਕਿ ਜਿਵੇਂ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ऐसा नहीं होना चाहिए सो गुरसख ਜਿਹੜਾ ਨਿਰਭਉ ਤਾਂ ਹੀ ਹੋ ਸਕਦਾ ਜਦੋਂ ਉਹ ਨਰਵੈਰ ਹੋਵੇ ਕਿਰਣਾ ਤੋਂ ਰਹਿਤ ਹੋਵੇ ਇਸੇ ਕਰਕੇ ਸਾਨੂੰ ਹਨਾ ਮਹਾਪੁਰਖ ਨੇ ਬੜਾ ਸੁੰਦਰ ਜਿਹੜਾ ਹਨਾ ਉਹ ਸੁਨੇਹਾ ਦਿੱਤਾ ਹੈਗਾ ਤੇ ਮਹਾਪੁਰਖ ਆਖਦੇ ਆ ਕਿ ਜਿੱਥੇ ਨੇਤਰ ਹੋਣ ਹਨਾ ਨੇਤਰ ਕਹਿੰਦੇ ਨੇਤਰਾਂ ਦੇ ਵਿੱਚ ਜਿਹੜੀ ਹੈਗੀ ਹੈ ਨੇਤਰ ਤਾਂ ਹੁਣ ਦੇਖਣ ਤਾਂ ਸਹੀ ਪਰ ਤੱਕਣ ਮਤ ਨੇਤਰ ਦੁਨੀਆ ਨੂੰ ਦੇਖਣ ਤਾਂ ਸਹੀ ਪਰ ਕਿਸੇ ਨੂੰ ਤੱਕਣ ਮਤ ਉਹਦੇ ਵਿੱਚ ਦੋਸ਼ ਜਿਹੜੇ ਹਨ ਉਹ ਨਾ ਭੰਨਣ ਕਿਸੇ ਦੇ ਵਿੱਚ ਇਸੇ ਤਰ੍ਹਾਂ ਕਹਿੰਦੇ ਕੰਨ ਤਾਂ ਹੋਣ ਸੁਣੋ ਤਾਂ ਕਿੰਨੇ ਸਾਰੀ ਦੁਨੀਆ ਦੀ ਗੱਲ ਪਰ ਕੰਨਾਂ ਨੂੰ ਕਹਿੰਦੇ ਉਸ ਜਿਹੜੀ ਗੱਲ ਉਹਨ ਚੁੱਕੋ ਮਤ ਭਾਵੇਂ ਕੀ ਅਗਰ ਸਾਨੂੰ ਕਿਸੇ ਨੇ ਅਗਰ ਸਾਡੀ ਪ੍ਰਸ਼ੰਸਾ ਕਰ ਦਿੱਤੀ ਆ ਜਾਂ ਸਾਡੀ ਕਿਸੇ ਨੇ ਜਿਹੜੀ ਨਿੰਦਾ ਕਰਦੀ ਉਸੇ ਗੱਲ ਨੂੰ ਚੁੱਕ ਕੇ ਅਸੀਂ ਘਰ ਨੂੰ ਲੈ ਆਈਏ ਕਹਿੰਦੇ ਇਹ ਵੀ ਗੁਰਮੁਖ ਦਾ ਸੁਭਾਅ ਨਹੀਂ ਹੈਗਾ ਇਸੇ ਕਰਕੇ ਕਹਿੰਦੇ ਰਸਨਾ ਜਿਹੜੀ ਆ ਇਹ ਬੋਲਣ ਵਾਸਤੇ ਦਿੱਤੀ ਆ ਕਿੰਦੇ ਸੰਸਾਰ ਦੇ ਵਿੱਚ ਗੱਲਬਾਤ ਜ਼ਰੂਰ ਕਰੋ ਪਰ ਬਕੋ ਮਤ ਭਾਵ ਕਿ ਜੇ ਕਿਸੇ ਨਾਲ ਵੈਸ ਵਸਾਇਆ ਨਾ ਕਰੋ ਕੋਈ ਐਸਾ ਲਫ਼ਜ਼ ਨਾ ਬੋਲੋ ਕਿ ਜਿਹਦੇ ਨਾਲ ਨਾ ਕਿਸੇ ਦਾ ਜਿਹੜਾ ਹਿਰਦਾ ਹੈਗਾ ਉਹ ਦੁੱਖੇ ਸੋ ਕਹਿਣ ਤੋਂ ਪਾਵੇ ਇਹ ਹੈ ਕਿ ਮਹਾਪੁਰਖਾਂ ਨੇ ਸਾਨੂੰ ਇੰਦਰੀਆਂ ਦੇ ਪ੍ਰਤੀ ਜਿਹੜੀ ਨੇ ਸਾਰੀ ਜਿਹੜੀ ਜਾਣਕਾਰੀ ਕਰਾਈ ਆ ਸੋ ਇਹ ਜਿਹੜੀ ਜਾਣਕਾਰੀ ਹੈ ਇਹ ਜੋ ਗਿਆਨ ਹੈਗਾ ਛਾਲਤ ਕਪੜਤ ਰਹਿਤ ਜ਼ਿੰਦਗੀ ਇਹ ਸਭ ਤੋਂ ਹਨਾ ਗੁਰਮਖ ਦਾ ਉੱਤਮ ਗਹਿਣਾ ਹੈਗਾ ਤੇ ਜਿਹੜੇ ਗੁਰਸਿੱਖ ਛਲ ਕਪੜ ਤੋਂ ਰਹਿਤ ਆਪਣੀ ਜ਼ਿੰਦਗੀ ਦਾ ਬਸਰ ਕਰਦੇ ਆ ਉਹਨਾਂ ਨੂੰ ਜਿਹੜੇ ਪਰਮਾਰਥ ਦਾ ਮਾਰਗ ਹੈਗਾ ਉਹ ਛੇਤੀ ਤੈਅ ਕਰ ਲੈਂਦੇ ਆ ਉਹਨਾਂ ਦੇ ਪਰਮਾਰਥ ਤੋਂ ਡਿਗਣ ਦੇ ਜਿਹੜੇ ਚਾਂਸ ਹੈਗੇ ਬੜੇ ਘੱਟ ਹੁੰਦੇ ਆ ਉਹ ਆਪਣੀ ਮੰਜ਼ਲ ਨੂੰ ਜਿਹੜਾ ਹੈਗਾ ਬਰੇ ਸਹਿਜ ਦੇ ਵਿੱਚ ਬੜੇ ਆਨੰਦ ਦੇ ਵਿੱਚ ਬੜੇ ਖੁਸ਼ੀ ਦੇ ਵਿੱਚ ਚਲਾਉਂਦੇ ਆ ਤੇ ਆਪਣੀ ਮੰਜ਼ਲ ਦੇ ਟਿਕਾਣੇ ਤੇ ਸਹਿਜ ਦੇ ਵਿੱਚ ਪਹੁੰਚ ਜਾਂਦੇ ਆ ਸੋਦਾਸ ਇੰਨੇ ਹੀ ਬਚਨ ਕਰਦਾ ਹੋਇਆ ਖੇਮਾ ਦਾ ਜਾਚਕ ਹੈ ਜੀ ਹੋਈਆ ਬਿਆੰਤ ਪੁੱਲਾ ਚੁੱਕਾਂ ਦੀ ਖੇਮਾ ਬਖਸ਼ਣੇ ਸੋ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ